ਲੋ ਬਈ ਦੋਸਤੋ, ਆਪਣਾ ਲੱਗਾ 16ਵਾਂ ਫੇਰਾ ਅਤੇ ਆ ਹੁਣੇ ਹੁਣੇ ਗਾਲਾਂ ਖਾ ਕੇ ਹਟੇ ਹਾਂ। ਆ ਬੰਨਾ ਬੜਾ ਉੱਚਾ ਸੀ, ਮਸ਼ੀਨ ਲੈ ਕੇ ਜਾਂਦੇ ਸੀ 5 ਕਿਲੋ ਕੁਤਰ ਕੇ, ਉਹ ਵਿਗਾ ਇਹ ਆਪਣਾ ਉਹ ਕੁਤਰਨਾ ਸੀ ਅਤੇ ਬੰਨਾ ਟਪਾਉਣ ਲੱਗਿਆਂ ਲੈਂਕਾਂ ਚੁੱਕੀਆਂ ਗਈਆਂ, ਬਾਹਤੀਆਂ ਪੀ ਟੀ ਓ ਦੀ ਛਾਵਟ ਪਈ ਸੀ ਅਤੇ ਉਹ ਛਾਵਟ ਨੂੰ ਥੱਲੋਂ ਲੈਂਕ ਲੱਗ ਗਈ ਹੈ ਅਤੇ ਉਹ ਕੁੱਬ ਪੈ ਗਿਆ ਉਹਦੇ ਵਿੱਚ। ਉਹ ਚਲਾਈ ਤੀ, ਉਹ ਝੋਲ ਮਾਰ ਕੇ ਚੱਲਦੀ ਸੀ ਪੀ ਟੀ ਓ ਦੀ, ਕਲੱਚ ਪਲੇਟ ਤੋੜਨੀ ਸੀ। ਫੋਨ ਕਰਕੇ ਭਾਅ ਨੂੰ ਸੱਦਿਆ ਅਤੇ ਉਹ ਗਾਲਾਂ ਗੁਲਾਂ ਕੱਢ ਕੇ ਸਹੀ ਕਰਾਉਣ ਲੈ ਗਿਆ। ਆਹ ਕੰਮ ਪਾਇਆ ਭਾਅ ਜੀ, ਕੋਈ ਨਹੀਂ ਚੱਲਦੇ ਕੰਮਾਂ 'ਚ, ਜਿੰਨੀ ਦੇਰ ਕੰਮ ਚੱਲਦਾ ਅੰਦਰ ਸਾਰੇ ਚੰਗੇ ਨੇ, ਜਦੋਂ ਕੰਮ ਕਿਤੇ ਰੁਕ ਗਿਆ ਫਿਰ ਗਾਲਾਂ ਨੂੰ ਥਾਂ ਅਤੇ ਉਹ ਅਸੀਂ ਕਰ ਲਿਆ। ਆਹ ਬੰਨਾ ਉੱਚਾ ਸੀ, ਇੱਥੋਂ ਲਗਾਉਣ ਲੱਗਿਆ ਨਾ ਅਤੇ ਇੱਥੋਂ ਜਦੋਂ ਲਗਾਉਣ ਲੱਗਿਆ ਉਹ ਥੱਲੋਂ ਲੈਂਕ ਜਿਹੜੀ ਹੈ ਫੱਟੀ ਲੱਗ ਗਈ ਹੈ ਅਤੇ ਉਹਨੇ ਲੱਕ 'ਚੋਂ ਕੁੱਬ ਕੱਢ ਛੱਡਿਆ ਸ਼ਾਵਰ ਦਾ। ਕੋਈ ਨਹੀਂ ਗੱਲ, ਇਹ ਕਿਹੜਾ ਕੋਈ ਨਵੀਂ ਗੱਲ ਹੈ, ਸਾਰਿਆਂ ਨੂੰ ਪੈਂਦੀਆਂ ਵੱਡੇ ਹੁੰਦੇ ਕਾਹਦੇ ਵਾਸਤੇ ਨੇ। ਕਿਉਂ ਏ, ਚਲੋ ਲਓ ਜੀ, ਚਾਚਾ ਕੱਢਣ ਲੱਗਾ ਟਰਾਲਾ ਭਰਿਆ ਕਣਕ ਦਾ, ਇੱਧਰ ਚੱਲਦੀ ਪਈ ਸਾਡੀ ਮਸ਼ੀਨ, ਚਾਚਾ ਹੁਣ ਭਜਾ ਕੇ ਲਿਆਏਗਾ। ਉਹ ਭਾਈ ਤਾਈ ਚੱਲ 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 ਚੱਲ, ਉਹ ਤੇਰੀ ਖੈਰ ਜਵਾਨਾ, ਉਹ ਬ੍ਰੇਕਾਂ ਲਾ ਚਾਚਾ, ਉਹ ਤੇਰੀ ਖੈਰ ਜਵਾਨਾ। ਗਾਣਾ ਸਾਹਿਬ 400 ਮਨ ਕਣਕ ਹੋਣੀ ਹੈ, ਗੱਡੀ ਦੇ ਟਾਇਰ ਨਹੀਂ ਤਾਂ ਇੰਜੋ ਠੁੱਠ ਵੱਜਦੀ ਸੀ। ਇੱਧਰੋਂ ਚਾੜਿਓ ਇੱਥੋਂ, ਹੁਣ ਜਾ ਕੇ ਨਾ ਆਪਣੇ ਅੱਬੇ ਨੂੰ ਵੀ ਦੁੱਧ ਹਲਦੀ ਪਿਆ, ਉਹਦੇ ਟਰੈਕਟਰ ਨੂੰ ਵੀ, ਠੀਕ ਹੈ ਚਲੋ ਚਲੋ। ਮੈਂ ਕਿਹਾ ਹੁਣ ਜਾ ਕੇ ਨਾ ਚਾਚੇ ਨੂੰ ਵੀ ਦੁੱਧ ਹਲਦੀ ਪਿਆ, ਉਹਦੇ ਟਰੈਕਟਰ ਨੂੰ ਵੀ, ਟਰੈਕਟਰ ਨੂੰ ਵੀ ਦੁੱਧ ਹਲਦੀ ਪਿਆਓ ਤੇ ਚਾਚੇ ਨੂੰ ਵੀ। ਅਸਲਾਮੁ ਅਲੈਕੁਮ, ਕੀ ਹਾਲ ਵੀਰੋ, ਠੀਕ ਹੋ? ਉਮੀਦ ਕਰਦੇ ਹਾਂ ਸਾਰੇ ਠੀਕ ਹੋਣਗੇ ਅਤੇ ਅੱਜ ਦਾ ਵਲੋਗ ਆਪਾਂ ਸਟਾਰਟ ਕਰਦੇ ਹਾਂ। ਅੱਜ ਉੱਠੇ ਹੀ ਆਪਾਂ ਹੁਣ ਤਕਰੀਬਨ 9:15 ਹੋ ਗਏ ਨੇ ਅਤੇ ਮਸ਼ੀਨ ਜਿਹੜੇ ਮੁੰਡੇ ਸੀ ਉਹਨਾਂ ਆਪਣਿਆਂ ਨੇ ਚਲਾਈ, ਉਹ ਪਹਿਲਾ ਫੇਰਾ ਭਰ ਵੀ ਲਿਆਏ ਨੇ। ਪਹਿਲਾ ਫੇਰਾ ਏ, ਪਹਿਲਾ ਦੋ ਤਿੰਨ ਦਿਨ ਹੋ ਗਏ, ਥਕਾਵਟ ਵਾਹਵਾ ਆਈ ਸੀ, ਜਿਹੜੇ ਰਾਤ ਨੂੰ ਸੁੱਤੇ ਨਹੀਂ ਨਾ, ਰਾਤ ਦਾ ਜਗਰਾਤਾ ਬੰਦੇ ਨੂੰ ਮਾਰ ਦਿੰਦਾ। ਅਤੇ ਅੱਜ ਜਿਹੜੀ ਆਪਣੀ ਘਰ ਵਾਸਤੇ ਕਣਕ ਵੀ ਵੱਢੀ ਜਾਣੀ ਹੈ, ਘਰ ਵਾਸਤੇ ਕਣਕ ਜਿਹੜੀ ਸੀ ਉਹ ਡੱਕੀ ਸੀ 3 ਕਿੱਲੇ ਅਤੇ ਉਹ ਨਾ ਮੋਟਰਵੇ ਤੋਂ ਪਰਲੀ ਸਾਈਡ 'ਤੇ ਵੇ ਕੁਛ ਉੱਧਰ ਮਸ਼ੀਨ ਨਹੀਂ, ਇੱਥੋਂ ਲੰਘਦੀ ਮਸ਼ੀਨ ਆਉਂਦੀ ਉਹ ਉੱਥੇ ਅੱਗੇ ਪੁੱਲ ਬਣਿਆ ਵੱਡਾ, ਅਤੇ ਉਹ ਕਹਿੰਦੇ ਸੀ ਜਿੱਦਣ ਉੱਧਰ ਕਟਾਈ ਕਰਨ ਜਾਵਾਂਗੇ ਫਿਰ ਤੁਹਾਡੀ ਉੱਧਰ ਲਈ 3 ਕਿੱਲੇ ਕੱਢ ਜਾਵਾਂਗੇ। ਅਸੀਂ ਕਿਹਾ ਚਲੋ 3 ਕਿੱਲੇ ਉੱਧਰ ਅਤੇ 2 ਕਿੱਲੇ ਇੱਧਰ ਆਪਣੀ, ਉਹ ਹਲੇ ਹਰੀ ਸੀ ਉਦੋਂ,
ਤੇ 5 ਕਿੱਲੇ ਕਣਕ ਆਪਾਂ ਘਰ ਰੱਖਣੀ ਆ। ਤੇ ਵੇਖੋ ਅੱਜ ਸਾਰਾ ਦਿਨ ਕੀ ਹੁੰਦਾ, ਪੂਰਾ ਵਲੋਗ ਲਾਜ਼ਮੀ ਦੇਖਣਾ, ਠੀਕ ਹੈ? ਜੁੜੇ ਰਹਿਣਾ। ਪਹਿਲਾ ਫੇੜਾ ਆਪਣਾ ਚਲਾ ਗਿਆ ਤੂੜੀ ਦਾ, ਵਿਖਾਇਆ ਉੱਧਰ ਕਣਕ ਵੀ ਵਢਾਉਣੀ, ਮਸ਼ੀਨ ਲੱਗੀ ਉੱਧਰ, ਵਿਖਾਉਂਦੇ ਹਾਂ ਤੁਹਾਨੂੰ। ਫਿਰ ਜਾਪਰ ਵੀ ਇੱਕ ਲੱਦ ਕੇ ਜਾ ਰਹੀ ਹੈ। ਉਹ ਕਿੱਲਾ ਕੁਤਰ ਲਿਆ, ਨਗਲੇ ਕਿੱਲੇ 'ਚ ਲਿਆਉਣ ਲੱਗਾ, ਬੰਨਾ ਟਪਾ ਕੇ ਮੈਂ ਆਪ ਬਹਿਨਾ ਜਾ ਕੇ ਉੱਤੇ। ਲਓ ਜੀ ਆਪਣਾ ਤੇਲ ਆ ਗਿਆ, ਡੀਜ਼ਲ ਇਹ ਆਪਾਂ ਰਿਕਸ਼ੇ 'ਤੇ ਭਰ ਕੇ ਲਿਆਉਂਦੇ ਹਾਂ। ਡੀਜ਼ਲ ਦਾ ਕੀ ਰੇਟ ਹੈ? ਤੈਨੂੰ ਪਤਾ ਨੀ ਪੱਕਾ? 290 ਤੇ ਪੈਟਰੋਲ ਦਾ ਸਾਈਆਂ ਨੂੰ ਪਤਾ, ਜਿਹੜੇ ਡਰੰਪ ਭਰਾ ਕੇ ਦੇ ਦਿੰਦੇ ਤੇ ਮੈਂ ਲੱਭ ਲਿਆਂਦਾ। ਤੈਨੂੰ ਤੇ ਬਸ ਕਿਰਾਏ ਨਾਲ ਲੱਗੇ ਹੈ, ਤੈਨੂੰ ਡੀਜ਼ਲ ਨਾਲ ਕੀ ਲੱਗੇ। ਲਓ ਜੀ ਆ ਡੀਜ਼ਲ ਦਾ ਡਰੰਮ ਜਿਹੜਾ ਨਾ 70,000 ਤੋਂ ਉੱਤੇ 74,000-75,000 ਦਾ ਭਰਿਆ ਜਾਂਦਾ, ਤੇ ਤਕਰੀਬਨ ਦੂਜੇ ਦਿਨ ਡਰੰਮ ਮੁੱਕ ਜਾਂਦਾ ਆਪਣਾ, ਠੀਕ ਆ? ਕਿਉਂ ਰਾ ਸਾਹਿਬ, 2 ਦਿਨਾਂ ਬਾਅਦ ਲਿਆਂਦਾ? ਚਲੋ ਖੂਹ ਖਾਲੀ ਕਰਨ ਲੱਗੇ ਹਾਂ ਅਸੀਂ ਤੇ ਲੋਕਾਂ ਨੂੰ ਇਹ ਬੜੇ ਨੋਟ ਛਾਪਦੇ ਨੇ, ਇਹ ਨਹੀਂ ਪਤਾ ਕਿ ਇਹ ਸਾਰੇ ਡੀਜ਼ਲ ਰਾ ਵਾਪਸ ਦੇਈ ਜਾਂਦੇ। ਭਰ ਗਈ ਏ, ਬੰਦ ਕਰ ਦੇ ਬੰਦ, ਵਾਪਸੀ ਖਿੱਚ ਲੈ ਇੰਜ ਕਰ, ਉਹਦੇ ਵਿੱਚ ਪਾ ਲਾ, ਉਹ ਨਿੱਕੇ ਵਿੱਚ ਜੇ ਪੈਣਾ ਕਿੱਥਿਆ, ਪਾ ਲਿਆ ਪਾ ਲਿਆ, ਉਹਨੂੰ ਤਾਂ ਲਿਆ ਪਾ ਸੀ। ਆਉਣ ਦੇ ਰੱਖ ਮਾੜੀ ਦੀ ਰੱਖ।
ਬਿਲਕੁਲ ਸਿੱਧੀ ਥੋੜੀ ਜਿਹੀ ਮਸ਼ੀਨ ਚੁੱਕ ਆਉਣ ਦੇ ਥੱਲੇ ਤਾਂ ਲਓ ਜੀ ਤੀਸਰਾ ਫੇਰਾ ਆਪਣਾ ਭਰ ਗਿਆ ਤੇ ਚੌਥਾ ਪਾਉਣ ਲੱਗਿਆ ਮਾਲਕ ਆਪ ਹੀ ਆ ਗਏ ਨੇ ਬੋਲ ਵਿੱਚ ਹੀ ਸੜਤ ਸਿੱਧੀ ਆਉਣ ਦੇ ਸਿੱਧੀ ਉਹ ਬ੍ਰੇਕ ਨੱਪ ਕੇ ਇੱਧਰ ਕੀ ਪਿਆ ਕਰ ਬਸ ਚੁੱਕ ਓਏ ਆਈ ਨੂੰ ਉਤਾਂ ਚੁੱਕ ਇੱਧਰ ਵਾਹ ਚੱਲ 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 ਇੱਧਰ ਥੱਲੇ ਆਉਣ ਦੇ ਲੋ ਜੀ ਰੱਬ ਰੱਖੇ ਖੈਰ ਮਸ਼ੀਨ ਮਰ ਗਈ ਕਣਕ ਵਿੱਚ ਤੇ ਪਿੱਛੇ ਜੇ ਨਾ ਅੰਮ੍ਰਿਤ ਮਾਨ ਸਾਹਿਬ ਨੇ ਇੱਕ ਗਾਣਾ ਗਾਇਆ ਸੀ ਕਿ ਕਣਕ ਜੀ ਵੱਢ ਕੇ ਵਿਹਲੇ ਆ ਹੁਣ ਟੋਰ ਟਕਾ ਕੇ ਕੱਢਾਂਗੇ ਇਹ ਮਾਨ ਸਾਹਿਬ ਕੀ ਗੱਲ ਤੂੜੀ ਨਹੀਂ ਬਣਾਉਣੀ ਅਸੀਂ ਤੇ ਰੀਲ ਤੇ ਗਾਣਾ ਲਾ ਨਹੀਂ ਸਕਦੇ ਹੈਂ ਕਿ ਕਣਕ ਜੀ ਵੱਢ ਕੇ ਵਿਹਲੇ ਆ ਤੇ ਟੋਰ ਟਕਾ ਕੇ ਕੱਢਾਂਗੇ ਕਿਉਂਕਿ ਅਸੀਂ ਤਾਂ ਬਣਾਉਣੀ ਆ ਤੂੜੀ ਤੂੜੀ ਬਣਾ ਕੇ ਘਟਣਾ ਤੇ ਝੋਨਾ ਲਾਉਣ ਦੀ ਵਾਰੀ ਆਈ ਜਾਣੀ ਆ ਟੋਰ ਕੇ ਇਸ ਟਾਈਮ ਕੱਢਾਂਗੇ ਚਲੋ ਛੱਡੋ ਕਿਸੇ ਹੋਰ ਗਾਣੇ ਤੇ ਰੀਲ ਬਣਾ ਲਾਂਗੇ ਹਾਂ ਕਹਿੰਦਾ ਉੱਤੇ ਆ ਮਸ਼ੀਨ ਕਟਾਈ ਚੰਗੀ ਕਰਦੀ ਆ ਸੁਥਰੀ ਲੋ ਜੀ ਕਿੱਲਾ ਆਪਣਾ ਵੱਢਿਆ ਗਿਆ ਦਾਣੇ ਕੱਢਣ ਲੱਗ ਗਿਆ ਅੱਜ ਆਪ ਫਸੇ ਆ ਮੁੰਡਾ ਹੈ ਡਰਾਈਵਰ ਛੁੱਟੀ ਦੇਵੇ ਤੇ ਆਪ ਹੀ ਚਲਾਈ ਜਾਂਦਾ ਕੱਲ ਕਿੰਨੇ ਕਿੱਲੇ ਕਣਕ ਵੱਢੀ ਸੀ 40 ਕਿੱਲੇ ਤੇ ਰੋਜ਼ ਆਪ ਵੱਢੇ ਤੇ ਫੇਰ ਕਣਕ ਸੁੱਕੀ ਏ ਸੁੱਕੀ ਏ ਇਹ ਆਪਣੇ ਚਾਚੇ ਦਾ ਪੁੱਤ ਹੈ ਦੀ ਕਣਕ ਵੱਢੀ ਜਾਣ ਦੀ ਆਪਣੀ 3 ਕਿੱਲੇ ਉਹ ਅਜੇ ਜੀ ਮੋਟਰ ਦੇ ਨਾਲ ਇੱਕ ਗੰਦਾ ਸ਼ੀਸ਼ਾ ਵੇਚਦੀ ਉਹ ਆਪਣੇ ਹੈਂ ਉਹਨੇ ਜਿੰਨੀ ਦੇਰ ਸਾਫ ਕਰਨਾ
ਲੋ ਜੀ ਆ ਖਲੋਤੀ ਆਪਣੀ ਟਰਾਲੀ ਤੇ ਮਸ਼ੀਨ ਪਈ ਹੈ ਚੱਲ ਆਪਣੇ ਆ 3 ਕਿੱਲੇ ਕਣਕ ਹੈ ਆਪਣੀ ਆ ਲਈ 2.25 ਕਿੱਲੇ 2 ਕਿੱਲੇ ਤੇ 6 ਕਣਾਲ ਹੈ ਤੂੰ ਵਾਢੀ ਲੈ ਲਈ ਤੂੰ ਤਾਂ 3 ਕਿੱਲੇ ਕਹਿ ਦਿੰਦਾ ਮੇਰਾ ਪੁੱਤਰ ਹੈ 2 ਕਣਾਲ ਹੈ 2 ਕਿੱਲੇ 6 ਕਣਾਲ ਹੈ ਬਸ ਕਰ ਤੇ ਵਹਿੰਦੇ ਆ ਆਪਣੀ ਟਰਾਲੀ ਚ 200 ਮਣ ਦਾਣੇ ਪੈ ਜਾਂਦੇ ਨੇ ਇਹਦੇ ਚ ਭਰਦੀ ਹੈ ਕਿ ਨਹੀਂ ਠੀਕ ਆ ਇਹਨੇ ਵਾਢੀ ਲੈਣੀ ਹੈ ਤਾਂ ਕਹਿੰਦੇ ਆ ਨਾ 3 ਕਿੱਲੇ 6 ਕਣਾਲ ਆਇਆ ਵੇ 2 ਕਿੱਲੇ ਓਏ ਲੰਮੀ ਲੰਮੀ ਹੈ ਲੋ ਜੀ ਚਾਚਾ ਕੱਢਣ ਲੱਗਾ ਟਰਾਲਾ ਭਰਿਆ ਕਣਕ ਦਾ ਇੱਕ ਚੱਲਦੀ ਪਈ ਸਾਡੀ ਮਸ਼ੀਨ ਚਾਚਾ ਹੁਣ ਭਜਾ ਕੇ ਲਿਆਏਗਾ ਉਹ ਭਾਈ ਤਾਈ ਚੱਲ 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 ਉਹ ਤੇਰੀ ਖੈਰ ਜਵਾਨਾ ਓਲਾ 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 ਉਹ ਬ੍ਰੇਕਾਂ ਲਾ ਚਾਚਾ ਤੇਰੀ ਖੈਰ ਜਵਾਨਾ ਰਾਣਾ ਸਾਹਿਬ 400 ਮਣ ਕਣਕ ਹੋਣੀ ਏ ਗੱਡੀ ਦੇ ਟਾਇਰ ਨੀ ਤਾਂ ਇੰਜ ਉੱਠ ਉੱਠ ਵੱਜਦੀ ਸੀ ਇਧਰੋਂ ਚਾੜਿਓ ਇੱਥੋਂ ਹੁਣ ਜਾ ਕੇ ਨਾ ਆਪਣੇ ਅੱਬੇ ਨੂੰ ਵੀ ਦੁੱਧ ਹਲਦੀ ਪਿਆ ਉਹਦੇ ਟਰੈਕਟਰ ਨੂੰ ਵੀ ਠੀਕ ਹੈ ਚਲੋ ਚਲੋ ਮੈਂ ਕਿਹਾ ਹੁਣ ਜਾ ਕੇ ਨਾ ਚਾਚੇ ਨੂੰ ਵੀ ਦੁੱਧ ਹਲਦੀ ਪਿਆ ਉਹਦੇ ਟਰੈਕਟਰ ਨੂੰ ਵੀ ਟਰੈਕਟਰ ਨੂੰ ਵੀ ਦੁੱਧ ਹਲਦੀ ਪਿਓ ਤੇ ਚਾਚੇ ਨੂੰ ਵੀ ਪਹਿਲਾਂ ਕੀ ਕਹਿੰਦਾ ਸਾ ਲੋ ਜੀ ਆਪਣਾ ਪਹਿਲਾ ਟੈਂਕੀ ਭਰ ਗਈ ਆ ਤੇ ਅੱਲਾ ਕੀਤਾ 2 ਕਿੱਲੇ ਥਾਂ ਜਿਹੜਾ ਉਹ ਵੱਢਿਆ ਗਿਆ ਓਏ ਆਪਣੀ ਇਹਨੂੰ ਦੱਸੀ ਤੇਰਾ 2 ਕਿੱਲੇ ਤਾਂ 6 ਕਣਾਲ ਆ ਨੀ ਕਿਉਂ 2 ਕਿੱਲੇ ਸਾਡੀ ਇਹ ਗੌਰਮੈਂਟ ਦੀ ਹੈ ਪਰਚਾ ਦੇ ਦੇਣਗੇ ਗੌਰਮੈਂਟ ਦੀ ਆ ਫਾਨੀ ਸਾਹਿਬ ਇਹ ਟਰਾਲੀ ਭਰ ਜਾਏਗੀ ਮੈਨੂੰ ਨਹੀਂ ਲੱਗਦਾ ਕੱਲ ਤੇਰੀ ਕਿੰਨੀ ਹੋਈ ਏ 50 ਮਣ ਹੋ ਗਈ ਏ ਖੁਸ਼ ਏ ਲੁੱਡੀਆਂ ਮਾਰਦਾ ਫਿਰ ਕੇ ਨਹੀਂ ਚਲੋ ਰੱਬ ਰੀ ਸਕਦੇ ਬਾਲਾਂ ਵਾਸਤੇ ਹਾਂ ਕਹਿੰਦਾ ਤੇ ਤੁਹਾਡੇ ਨਾਲ ਵੀ ਉਦਲੀਆਂ ਮਾਰਨੀਆਂ ਬਈ ਝੂਠ ਮਾਰਨਾ ਫਿਰ ਰੱਬੋ ਆਈ ਚਲੋ ਜੀ ਕਿਉਂ ਸਰ ਜੀ ਚਲਾਈਏ ਇਹ ਮਸ਼ੀਨਾਂ ਨਾਲ ਫਿਰ ਇੰਜ ਮਾੜਾ ਮੋਟਾ ਹੋ ਹੀ ਜਾਂਦਾ ਆ ਰਹਿ ਗਏ ਵੇਖਦੇ ਹਾਂ ਟਿੰਕੀ ਭਰਦੀ ਕਿ ਨਹੀਂ ਹਾਂ ਕਣਕ ਗਈ ਆਪਣੀ ਵੱਡੀ ਤੇ ਨਵਾਂ ਪਾਉਣ ਲੱਗਿਆ ਦਾਣੇ
ਆ ਭਤੀਜਾ ਮੇਰਾ ਕਹਿੰਦਾ ਮੇਰੀ ਰੀਲ ਬਣਾ ਪਹਿਲਾਂ। ਸੁੱਤਣ ਲੱਗੇ ਆ ਦਾਣੇ। ਹਾਂ ਰੀਲ ਕੀ ਬਣਾਉਣਾ। ਲੋ ਜੀ ਟਰਾਲੀ ਆਪਣੀ ਭਰੀ, ਕੋਈ ਨੀ। ਓਕੇ ਜੀ, ਇਹ ਸਾਰਿਆਂ ਨੂੰ ਦਾਣੇ ਪਾਕ ਦੇ, ਜਿੰਨੇ ਵੀ ਬਾਲ ਨੇ ਨਾ ਸਾਰਿਆਂ ਦੇ। ਅੰਮਾ ਜੀ ਦਿਓ ਤੋੜਾ ਤੁਸੀਂ ਵੀ। ਲੋ ਜੀ ਕਣਕ ਵੱਢ ਕੇ ਆਪਾਂ ਆਏ ਹਾਂ ਵਾਪਸ, ਤੇ ਮੁੰਡਿਆਂ ਨੇ ਤੂੜੀ ਸੱਟਤੀ ਅੰਦਰ ਟਰਾਲੀ ਹੁਣਾ ਨਾਲ ਹੀ ਹੈ। ਇਹ ਕੀ ਹੈ, ਵਾਹ, ਤੈਨੂੰ ਮੈਂ ਕਿਹਾ ਨੀ ਗਰਮੀ ਚ ਚਾਹ ਨਾ ਪੀ, ਅਗਰ ਚੀਂਗਾਂ ਪੱਟਣ ਗੀਆਂ। ਚਾਹੀਏ ਕਿਥੋਂ ਏ, ਫੇਰ ਕਹੇਗਾ ਚੀਂਗਾਂ ਪੱਟਦੀਆਂ। ਫਿਰ ਲੱਸੀ ਪੀ ਕੇ ਸਹੀ ਹੋਜੇਗਾ, ਹੁਣ ਖੁੱਲਦਾ ਨੀ ਇਹ ਵੀ ਚੁੱਕੀ ਫਿਰ। ਇਹ ਕੀ ਹੈ, ਨਹੀਂ ਕੀ ਕਰਨਾ, ਠੰਡੀ ਕਰਨੀ ਆ। ਅੱਛਾ ਰਾਣਾ ਸਾਹਿਬ ਠੰਡੀ ਕਰਨੀ ਸੀ। ਉਂਗਲ ਦੇ ਟਾਕੀ ਕਿਉਂ ਬੰਨੀ ਆ, ਇੱਧਰ ਉੱਤੇ ਆ ਕੇ ਬਹਿ। ਹਾਂ ਲੋ ਜੀ ਬੰਦੇ ਦੇਖੋ ਕਿਤੇ ਟੈਕਨੀਕਲ ਨੇ, ਉਹ ਧੋ ਕੇ ਉਹਦੇ ਚ ਪਾਤੀ ਆ ਕੇ ਠੰਡੀ ਹੋ ਜਾਏਗੀ। ਹਾਂ ਠੀਕ ਹੈ ਬਾਈ, ਠੀਕ ਹੈ, ਪਾਓ ਮੈਂ ਵੀ ਕੱਪ ਪੀਣਾ। ਨਹੀਂ ਤੇਰੇ ਹੱਥ ਨਹੀਂ ਆਏ। ਕਿਉਂ ਤੇਰੇ ਹੱਥ ਤੇ ਤੂੰ ਹੀ ਰਚਣਾ। ਚਲੋ ਠੀਕ ਹੈ ਭਾਈ, ਤੂੰ ਪੀ ਲਾ। ਫਿਰ ਮੈਨੂੰ ਚਿੰਗਾ ਪੱਟਣਗੀਆਂ। ਅੱਛਾ ਮੈਂ ਅੱਜ ਉਹਨੂੰ ਅੱਗੇ ਕਹਿਣ ਦਿਆ ਸੀ ਫਿਰ ਤੈਨੂੰ ਚਿੰਗਾ ਪੱਟਣਗੀਆਂ, ਅਗੋ ਕਹਿੰਦਾ ਰਹਿਣ ਦੇ ਤੂੰ ਨਾ ਪੀ, ਤੈਨੂੰ ਵੀ ਚਿੰਗਾ ਪੱਟਣਗੀਆਂ। ਐਨਾ ਕਿੱਥੇ ਹੀ ਕਿੱਥੇ, ਵਾਹ ਰਾਣਾ ਸਾਹਿਬ ਤੁਸੀਂ ਨੀ ਚਾਹ ਪੀਂਦੇ, ਐਨਕ ਲਾ ਕੇ ਤੂੜੀ ਹੂੰ ਦਗਲਾ ਹੈ। ਰੋਟੀ ਖਾ ਲਈ ਆ, ਮਰਿਆ ਜਾ ਕਿਉਂ। ਚੱਲ ਮੈਂ ਚਲਾਨਾ ਭਰਾਇਆ।
ਪਾਣੀ ਵਿੱਚ ਲੋ ਬਈ ਦੋਸਤੋ, ਆਪਣਾ ਲੱਗਾ ਸੀ 16ਵਾਂ ਫੇਰਾ ਅਤੇ ਆ ਹੁਣੇ ਹੁਣੇ ਗਾਲਾਂ ਖਾ ਕੇ ਹਟੇ ਹਾਂ। ਆ ਬੰਨਾ ਬੜਾ ਉੱਚਾ ਸੀ, ਮਸ਼ੀਨ ਲੈ ਕੇ ਜਾਂਦੇ ਸੀ 5 ਕਿਲੋ ਕੁਤਰ ਕੇ, ਉਹ ਵਿਗਾ ਇਹ ਆਪਣਾ ਕੁਤਰਨਾ ਸੀ ਅਤੇ ਬੰਨਾ ਟਪਾਉਣ ਲੱਗਿਆ, ਲੈਂਕਾਂ ਚੁੱਕੀਆਂ ਗਈਆਂ ਬਾਹਤੀਆਂ, ਪੀ ਟੀ ਓ ਦੀ ਛਾਵਟ ਪਈ ਸੀ ਅਤੇ ਉਹ ਛਾਵਟ ਨੂੰ ਥੱਲੋਂ ਲੈਂਕ ਲੱਗ ਗਈ ਹੈ ਅਤੇ ਉਹ ਕੁੱਬ ਪੈ ਗਿਆ ਉਹਦੇ ਵਿੱਚ। ਉਹ ਚਲਾਈ ਅਤੇ ਉਹ ਝੋਲ ਮਾਰ ਕੇ ਚੱਲਦੀ ਸੀ, ਪੀ ਟੀ ਓ ਦੀ ਕਲੱਚ ਪਲੇਟ ਤੋੜਨੀ ਸੀ। ਫੋਨ ਕਰਕੇ ਭਾਅ ਨੂੰ ਸੱਦਿਆ ਅਤੇ ਉਹ ਗਾਲਾਂ ਗੁਲਾਂ ਕੱਢ ਕੇ ਸਹੀ ਕਰਾਉਣ ਲੈ ਗਿਆ। ਆਹ ਕੰਮ ਪਾਇਆ ਭਾਅ ਜੀ,
ਕੋਈ ਨੀ ਚੱਲਦੇ ਕੰਮਾਂ 'ਚ, ਜਿੰਨੀ ਦੇਰ ਕੰਮ ਚੱਲਦਾ ਅੰਦਰ ਸਾਰੇ ਚੰਗੇ ਨੇ, ਜਦੋਂ ਕੰਮ ਕਿਤੇ ਰੁਕ ਗਿਆ ਫਿਰ ਗਾਲਾਂ ਨੂੰ ਥਾਂ, ਅਤੇ ਉਹ ਅਸੀਂ ਕਰ ਲਿਆ। ਆਹ ਬੰਨਾ ਉੱਚਾ ਸੀ, ਇੱਥੋਂ ਲਗਾਉਣ ਲੱਗਿਆ ਨਾ, ਅਤੇ ਇੱਥੇ ਜਦੋਂ ਲਗਾਉਣ ਲੱਗਿਆ ਉਹ ਥੱਲੋਂ ਲੈਂਕ ਜਿਹੜੀ ਹੈ ਫੱਟੀ ਲੱਗ ਗਈ ਹੈ, ਅਤੇ ਉਹਨੇ ਲੱਕ 'ਚੋਂ ਕੁੱਬ ਕੱਢ ਛੱਡਿਆ ਸ਼ਾਵਰ ਦਾ। ਕੋਈ ਨਹੀਂ ਗੱਲ, ਇਹ ਕਿਹੜਾ ਕੋਈ ਨਵੀਂ ਗੱਲ ਹੈ, ਸਾਰਿਆਂ ਨੂੰ ਪੈਂਦੀਆਂ ਵੱਡੇ ਹੁੰਦੇ ਕਾਹਦੇ ਵਾਸਤੇ ਨੇ। ਕਿਉਂ ਏ? ਚਲੋ ਲੋ ਜੀ, ਸਹੀ ਹੋ ਗਿਆ, ਆ ਗਈ ਸ਼ਾਵਟ ਥੋੜੇ ਘੁੱਟ ਮਿਸਤਰੀ ਕੋ ਕੇ। ਇਹ ਕਿੱਥੋਂ ਕਰਾਈ ਜੇ? ਬਾਈਪਾਸ ਤੇ ਜੀ। ਕਾਹਦੇ ਨਾਲ ਕੀਤੀ ਉਹਨੇ? ਉਹਨੇ ਜੀ ਸੱਟਾਂ ਨਾਲ ਕੀਤੀ, ਵਿਧਾਨ ਤੇ ਤੋਂ ਚਾੜ ਕੇ ਨਾ ਗੇੜਾ ਲਾ ਕੇ ਦੇ ਦੀ ਸਹੀ ਹੋ ਗਈ, ਹੋਣੀ ਝੋਲ ਮਾਰ ਦੀ। ਲੋ ਜੀ, ਟਰਾਲੀ ਗਈ ਆਪਣੀ ਭਰ, ਅਤੇ ਆ ਬਸ ਥੋੜ੍ਹਾ ਜਿਹਾ ਪਤਾ ਨਾ ਲੱਗਣ ਦੀ ਵਜ੍ਹਾ ਤੋਂ ਨਾ 3-4 ਫੇਰੇ ਖਰਾਬ ਕਰ ਲਏ। ਚਲੋ ਕੋਈ ਨਹੀਂ, 17ਵੇਂ ਹਾਂ, ਉਹ 16ਵੇਂ 17ਵੇਂ ਉਹ ਇੱਧਰ ਲਿਆ ਯਾਰ, ਉਹ ਚੱਲ ਠੀਕ ਹੈ, ਜਲਦੀ ਪਾ ਪਾ ਪਾ, ਇਹ ਲੜਨ ਆਇਓ, ਸਪੀਡ ਮਾਰ ਸਪੀਡ। ਚਲੋ ਪਾਲਾ ਪਾਲਾ ਸਿੱਧਾ ਕਰਕੇ, ਆਂਦੇ 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 ਇੱਧਰ ਨੂੰ ਰੱਖ ਥੋੜੀ ਜਿਹੀ, ਇੱਧਰ ਸਿੱਧੀ ਆ, ਇੱਧਰ ਨੂੰ ਰੱਖ ਕੇ ਆਂਦੇ, ਥੱਲੇ ਕਰ, ਉੱਤੇ ਕਿਉਂ ਕੀਤੀ ਆ, ਬਸ ਸਿੱਧੀ ਆਂਦੇ, ਖਲੋ ਚੁੱਕ ਆਂਦੇ ਸਿੱਧੀ ਪਿੱਛ, ਥੱਲੇ ਰੱਖ ਦੇ, ਪੈ ਗਈ ਆ, ਨਿਕਲ ਜਾ, ਇੱਥੇ ਨਹੀਂ ਆਉਣਾ, ਉੱਧਰ ਜਾਣਾ ਹੁਣ। ਦੋਸਤੋ ਆਪਾਂ ਆ ਗਏ ਹਾਂ ਉੱਥੇ, ਜਿਹੜੀ ਕਣਕ ਆਪਾਂ ਅੱਜ ਵੱਡੀ ਸੀ 3 ਕਿੱਲੇ, ਅਤੇ ਹੁਣ ਆਪਾਂ ਨਾੜ ਕੁਤਰਾਂਗੇ, ਇਨਸ਼ਾਅੱਲਾ ਕੁਤਰ ਕੇ ਜਾਵਾਂਗੇ ਭਾਵਾਂ ਰਾਤ ਹੋਈਏ। ਕਿਉਂ ਉਸਤਾਦ ਜੀ, ਇੰਜ ਹੀ ਗੱਲ ਨਾ, ਮੈਂ ਕਿਹਾ ਕੁਤਰ ਕੇ ਜਾਵਾਂਗੇ। ਚਲੋ ਹਲਾ ਰਹੀ ਮੈਨੂੰ ਤਾਂ ਲਾਵੇ, ਮੈਂ ਚਲਾਵਾਂ।
ਅੱਛਾ ਕੱਢ ਲਓ ਜੀ, ਤੁਸੀਂ ਕੱਢ ਲਓ। ਅਤੇ ਇਨਸ਼ਾਲਾ ਇਹ ਆਪਾਂ ਕੁਤਰ ਕੇ ਜਾਵਾਂਗੇ ਅਤੇ ਨਾਲ ਨਾਲ ਹੀ ਆਪਾਂ ਕਰਦੇ ਹਾਂ ਵਲੋਗ ਖਤਮ, ਕਿਉਂਕਿ ਵਲੋਗ ਦੇ ਚੱਕਰ 'ਚ ਅੱਗੇ ਸ਼ਾਵਰ ਤੋੜ ਬੈਠੇ ਸੀ ਅਤੇ ਗਾਲਾਂ ਖਾ ਕੇ ਹਟੇ ਹਾਂ, ਧਿਆਨ ਨਾਲ ਕੰਮ ਕਰ ਲਈਏ। ਆਹ 3 ਕਿੱਲੇ ਇਨਸ਼ਾਲਾ ਆਪਾਂ ਕੁਤਰ ਕੇ ਜਾਣੇ ਨੇ। ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰਨਾ, ਵੀਡੀਓ ਨੂੰ ਵੀ ਸ਼ੇਅਰ ਕਰਨਾ, ਲਾਈਕ ਵੀ ਕਰਨਾ, ਕਮੈਂਟ ਵੀ ਕਰਨਾ, ਜੋ ਜੋ ਕਰ ਸਕਦੇ ਹੋ ਕਰ ਦਿਓ, ਠੀਕ ਆ।